ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ, ਅਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨੂੰ ਲੈ ਕੇ ਆ ਗਏ ਆ ਨਿਊ ਰੂਲ, ਅਤੇ ਕਿਹਨਾਂ ਕਿਹਨਾਂ 'ਤੇ ਲਾਗੂ ਹੁੰਦੇ ਆ, ਕਿਹਨਾਂ 'ਤੇ ਨਹੀਂ ਹੁੰਦੇ, ਹਰ ਇੱਕ ਟੋਪਿਕ 'ਤੇ ਆਪਾਂ ਗੱਲ ਕਰਾਂਗੇ ਅਤੇ ਕੀ ਰੂਲ ਆ, ਹਰ ਇੱਕ ਚੀਜ਼ ਨੂੰ ਕਵਰ ਕਰਾਂਗੇ, ਕੌਣ ਕੌਣ ਵਰਕ ਪਰਮਿਟ ਲੈ ਸਕਦਾ, ਕੌਣ ਕੌਣ ਨਹੀਂ, ਅਤੇ ਚੈਨਲ 'ਤੇ ਨਵੇਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਦਿਓ ਲਾਈਕ, ਅਤੇ ਅੱਜ ਹੁਣ ਵੀਡੀਓ ਦੀ ਕਰਦੇ ਹਾਂ ਸ਼ੁਰੂਆਤ। ਪਹਿਲੇ ਨੰਬਰ 'ਤੇ ਸੱਜਣੋ, ਜਿਹੜੇ 1 ਨਵੰਬਰ 2024 ਤੋਂ ਆਪਣੀ ਸਟੱਡੀ ਪਰਮਿਟ ਦੀ ਫਾਈਲ ਸਬਮਿਟ ਕਰੋਗੇ ਉਹਨਾਂ 'ਤੇ ਹੀ ਇਹ ਰੂਲ ਲਾਗੂ ਹੁੰਦੇ ਆ। ਜਿਹੜੇ ਸਟੂਡੈਂਟ ਕੈਨੇਡਾ ਦੇ ਵਿੱਚ ਇਸ ਟਾਈਮ ਸਟੱਡੀ ਕਰ ਰਹੇ ਆ ਉਹਨਾਂ 'ਤੇ ਇਹ ਰੂਲ ਨਹੀਂ ਲਾਗੂ ਹੁੰਦੇ। ਉਹਨਾਂ 'ਤੇ ਇੱਕੋ ਰੂਲ ਲਾਗੂ ਹੁੰਦਾ ਜਿਹੜਾ ਇਹਨਾਂ ਨੇ ਕੁਛ ਕੁ ਦਿਨ ਪਹਿਲਾਂ ਕੱਢਿਆ ਸੀਗਾ, ਵੀ ਜੇਕਰ ਤੁਸੀਂ ਕਾਲਜ ਤੋਂ ਸਟੱਡੀ ਕਰ ਰਹੇ ਹਾਂ ਤਾਂ ਤੁਹਾਨੂੰ CLB 5, ਅਤੇ ਜੇਕਰ ਤੁਸੀਂ ਯੂਨੀਵਰਸਿਟੀ ਤੋਂ ਸਟੱਡੀ ਕਰ ਰਹੇ ਹਾਂ ਤਾਂ CLB 7 ਸਕੋਰ ਲੈਣੇ ਪੈਣੇ, ਉਹਨਾਂ 'ਤੇ ਇਹ ਰੂਲ ਲਾਗੂ ਹੁੰਦਾ ਹੈ। ਹਾਂਜੀ, ਅਤੇ ਦੂਸਰੇ ਨੰਬਰ 'ਤੇ ਸੱਜਣੋ, ਜੇਕਰ ਤੁਸੀਂ ਬਿਜ਼ਨਸ ਮੈਨੇਜਮੈਂਟ, ਐਸੋਸੀਏਟ ਆਫ ਆਰਟਸ, ਪ੍ਰੋਜੈਕਟ ਮੈਨੇਜਮੈਂਟ, ਡਿਜੀਟਲ ਮਾਰਕੀਟਿੰਗ ਇੱਦਾਂ ਦੇ ਕੋਰਸ ਲੈ ਕੇ ਆਉਂਦੇ ਹਾਂ ਤਾਂ ਤੁਹਾਨੂੰ ਜਿਹੜਾ ਆ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹੜਾ ਆ ਉਹ ਨਹੀਂ ਮਿਲਣਾ, ਤੁਹਾਨੂੰ ਸਟੱਡੀ ਪਰਮਿਟ ਮਿਲ ਜਾਣਾ ਹੈ, ਯਾਨੀ ਕਿ ਤੁਹਾਨੂੰ ਕੈਨੇਡਾ ਦੀ ਐਂਟਰੀ ਮਿਲ ਜਾਣੀ ਹੈ, ਤੁਸੀਂ ਸਟੱਡੀ ਕਰਕੇ ਤੁਹਾਨੂੰ ਆਪਦੀ ਹੋਮ ਕੰਟਰੀ ਦੇ ਵਿੱਚ ਬੈਕ ਜਾਣਾ ਪੈਣਾ ਹੈ, ਤੁਹਾਨੂੰ ਵਰਕ ਪਰਮਿਟ ਜਿਹੜਾ ਆ ਉਹ ਨਹੀਂ ਮਿਲਣਾ। ਅਤੇ ਜੇਕਰ ਤੁਸੀਂ ਸੱਜਣੋ ਕੈਨੇਡਾ ਦੇ ਵਿੱਚ ਬੈਚਲਰ ਜਾਂ ਮਾਸਟਰ ਲੈ ਕੇ ਆਉਂਦੇ ਹਾਂ, ਜਿੱਦਾਂ ਹੁਣ ਤੁਸੀਂ +2 ਦੇ ਵਿੱਚ ਭਾਵਾਂ ਆਰਟਸ ਕੀਤੀ ਆ, ਕਮਰਸ ਕੀਤਾ ਆ, ਨੋਨ ਮੈਡੀਕਲ ਕੀਤਾ, ਮੈਡੀਕਲ ਕੀਤਾ, ਉਹਦੀ ਅੱਗੇ ਤੁਸੀਂ ਕੋਈ ਡਿਗਰੀ ਲੈ ਕੇ ਆਉਂਦੇ ਆ, ਜਿੱਦਾਂ MBA ਹੋ ਗਈ, MCOM ਹੋ ਗਈ, BCOM ਹੋ ਗਈ, ਇੱਦਾਂ ਦੀ ਕੋਈ ਹੈ ਨਾ ਬੈਚਲਰ ਲੈ ਕੇ ਆਉਂਦੇ ਆ, ਤਾਂ ਤੁਹਾਨੂੰ ਜਿਹੜਾ ਆ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੂਗਾ, ਅਤੇ ਤੁਸੀਂ ਆਪਣੇ ਸਪਾਊਸ ਨੂੰ ਵੀ ਇੱਥੇ ਕੈਨੇਡਾ ਦੇ ਵਿੱਚ ਸੱਦ ਸਕਦੇ ਹੋ ਉਹਦੇ ਲਈ। ਸੋ ਇਹ ਅਤੇ ਉਸ ਤੋਂ ਅੱਗੇ ਸੱਜਣੋ, ਕੈਨੇਡਾ ਨੇ ਆਹ ਜਿਹੜੀਆਂ ਸਕਰੀਨ 'ਤੇ ਤੁਸੀਂ ਸਾਈਡ 'ਤੇ ਦੇਖਣ ਡੇ, ਇਹ 5 ਜਿਹੜੀਆਂ ਆਪਾਂ ਨੂੰ ਕੈਟਾਗਰੀਆਂ ਆ ਉਹ ਸੁਜੈਸਟ ਕੀਤੀਆਂ ਆ। ਸੋ ਇਹਨਾਂ ਦੇ ਵਿੱਚੋਂ ਜੇਕਰ ਤੁਸੀਂ ਕੋਈ ਕੋਰਸ ਲੈ ਕੇ ਕੈਨੇਡਾ ਦੇ ਵਿੱਚ ਆਉਂਦੇ ਹਾਂ ਤਾਂ ਤੁਹਾਨੂੰ 3 ਸਾਲ ਦਾ ਜਿਹੜਾ ਆ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੂਗਾ। ਸੋ ਇਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਵੀ ਦੇ ਦੂੰਗਾ ਅਤੇ ਕਮੈਂਟ ਸੈਸ਼ਨ 'ਚ ਵੀ ਦੇ ਦੂੰਗਾ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹਾਂ। ਅਤੇ ਜੇਕਰ ਮੈਂ ਤੁਹਾਨੂੰ ਇਹਨਾਂ ਦੇ ਵਿੱਚੋਂ ਸੁਜੈਸਟ ਕਰੂੰਗਾ ਤਾਂ ਮੈਂ ਹੈਲਥ ਕੇਅਰ ਨੂੰ ਹੀ ਤੁਹਾਨੂੰ ਕਹੂੰਗਾ ਵੀ ਟਾਰਗੇਟ ਕਰੋ, ਕਿਉਂਕਿ ਹੈਲਥ ਕੇਅਰ ਇੱਕ ਇੱਦਾਂ ਦੇ ਹੈ ਨਾ ਇਹਨਾਂ ਦਾ ਹੈਗਾ, ਮਤਲਬ ਪ੍ਰੋਬਲਮ ਲਾ ਲਓ ਤੁਸੀਂ ਉਹਨੂੰ, ਇਹ PR ਦੀ ਪਿਓਰਟੀ ਲਿਸਟ 'ਚੋਂ ਕੱਢ ਹੀ ਨਹੀਂ ਸਕਦੇ, ਮਤਲਬ ਉਹਨੂੰ ਪਿਓਰਟੀ ਲਿਸਟ ਆ ਉਹਨੂੰ ਕੱਢ ਹੀ ਨਹੀਂ ਸਕਦੇ। ਸੋ ਮੈਂ ਤੁਹਾਨੂੰ ਇਹ ਸੁਜੈਸਟ ਕਰੂੰਗਾ ਤੁਸੀਂ ਹੈਲਥ ਕੇਅਰ ਦੇ ਕੋਰਸ ਹੀ ਇੱਥੇ ਲੈ ਕੇ ਆਓ, ਬਹੁਤ ਕੋਰਸ ਆ, ਭਾਵੇਂ ਤੁਸੀਂ ਮਤਲਬ ਆਰਟਸ ਕੀਤੀ ਆ, ਮੈਡੀਕਲ ਕੀਤਾ, ਨੋਨ ਮੈਡੀਕਲ ਕੀਤਾ, ਮਤਲਬ ਕੋਈ ਵੀ +2 ਕੀਤੀ ਆ, ਬਹੁਤ ਕੋਰਸਿਸ ਆ ਜਿਹੜੇ ਤੁਸੀਂ ਤਾਂ ਵੀ ਇੱਥੇ ਹੈਲਥ ਕੇਅਰ ਦੇ ਵਿੱਚ ਲੈ ਕੇ ਕੈਨੇਡਾ ਦੇ ਵਿੱਚ ਆ ਸਕਦੇ ਆ। ਅਤੇ ਇਹ 'ਤੇ ਮੈਂ ਆਲਰੇਡੀ ਵੀਡੀਓ ਬਣਾਈ ਹੋਈ ਆ, ਤੁਸੀਂ ਜਾ ਕੇ ਉਹ ਵੀ ਦੇਖ ਸਕਦੇ ਆ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਅਤੇ ਵੀਡੀਓ ਵਧੀਆ ਲੱਗੀ ਤਾਂ ਜ਼ਰੂਰ ਅੱਗੇ ਹੈ ਨਾ ਸ਼ੇਅਰ ਕਰਿਓ ਜਿਨ੍ਹਾਂ ਨੇ ਕੈਨੇਡਾ ਆਉਣਾ ਜਾਂ ਹੈ ਨਾ ਆਉਣ ਦਾ ਪਲੈਨ ਕਰ ਰਿਹਾ। ਸਤਿ ਸ਼੍ਰੀ ਅਕਾਲ ਜੀ।